ਜਿਵੇਂ ਹੀ ਲੋਕ ਸਭਾ ਚੋਣਾਂ ਦਾ ਐਲਾਨ ਹੋਇਆ ਹੈ ਤਾਂ ਸਾਰੀਆਂ ਹੀ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰ ਲੋਕ ਸਭਾ ਚੋਣਾਂ ਲਈ ਨਾਮਜ਼ਦ ਕਰ ਦਿੱਤੇ ਗਏ ਹਨ। ਇਸੇ ਲੜੀ ਦੇ ਤਹਿਤ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਵਿੱਚ ਆਪਣੇ 5 ਉਮੀਦਵਾਰ ਖੜੇ ਕੀਤੇ ਗਏ ਹਨ। ਇਹ ਜਾਣਕਾਰੀ ਸਾਡੀ ਟੀਮ ਨਾਲ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਪ੍ਰੇਮ ਲਾਲ ਸਰਸਰ ਨੇ ਸਾਂਝੇ ਕੀਤੇ ਅਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹਨਾਂ ਚੋਣਾਂ ਵਿੱਚ ਡੈਮੋਕ੍ਰੇਟਿਕ ਭਾਰਤੀ ਸਮਾਜ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਤਾਂ ਜੋ ਅਸੀਂ ਪਾਰਲੀਮੈਂਟ ਵਿੱਚ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਚੁੱਕ ਸਕੀਏ। ਇਸ ਮੌਕੇ ਉਹਨਾਂ ਨਾਲ ਪੰਜਾਬ ਪ੍ਰਧਾਨ ਜੁਗਰਾਜ ਸਿੰਘ ਜੈਮਲਵਾਲਾ, ਪੰਜਾਬ ਦੇ ਵਾਈਸ ਪ੍ਰਧਾਨ ਨਿਰਮਲ ਸਿੰਘ ਅਤੇ ਗੁਰਬਖਸ਼ ਸਿੰਘ ਰਾਜਾ ਤੋਂ ਇਲਾਵਾ ਹੋਰ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ। ਜੇ ਨਿਊਜ਼ ਪੰਜਾਬੀ ਲਈ ਮੋਗਾ ਤੋਂ ਜੋਗਿੰਦਰ ਸਿੰਘ ਗਿੱਲ ਦੀ ਰਿਪੋਰਟ। ਮੇਰਾ ਨਾਮ ਪ੍ਰੇਮ ਲਾਲ ਹੈ ਜੀ। ਜੀ ਦੇਖੋ ਜੀ, ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਵੱਲੋਂ ਮੈਨੂੰ ਹਲਕਾ ਫਰੀਦ ਜਿਹੜਾ ਲੋਕ ਸਭਾ ਫਰੀਦਕੋਟ ਆ ਉੱਥੋਂ ਮੈਨੂੰ ਟਿਕਟ ਦੇ ਕੇ ਭੇਜਿਆ ਔਰ ਇੱਥੋਂ ਮੈਂ ਇਲੈਕਸ਼ਨ ਲੜਨ ਲਈ ਜਾ ਰਿਹਾ। ਮੈਂ ਜਿੰਨੇ ਵੀ ਲੋਕ ਸਭਾ ਸੀਟ ਦੇ ਵੋਟਰ ਸਾਥੀ ਆ ਫਰੀਦਕੋਟ ਦੇ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਦੇ ਜੋ ਕੈਂਡੀਡੇਟ ਖੜ੍ਹੇ ਆ, ਤੁਹਾਡਾ ਜਿਹੜਾ ਮੁੱਦੇ ਆ ਜੋ ਪਾਰਲੀਮੈਂਟ ਲਈ ਜਾਣ ਵਾਲੇ ਆ, ਉਹਨਾਂ ਨੂੰ ਆਪਾਂ ਪਾਰਲੀਮੈਂਟ ਵਿੱਚ ਜਾ ਕੇ ਤੁਹਾਡੀ ਆਵਾਜ਼ ਨੂੰ ਜਿਹੜੇ ਦੱਬੀ ਹੋਈ ਆ ਉਹਨੂੰ ਸੁਣਾਂਗੇ ਔਰ ਉਸ ਆਵਾਜ਼ 'ਤੇ ਜਿਹੜਾ ਆਪਾਂ ਪਹਿਰਾ ਦੇਵਾਂਗੇ। ਜਿਹੜੀ ਫਰੀਦਕੋਟ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਆ ਇਹਨੂੰ ਮੈਂ ਲੜਨ ਲਈ ਜਾ ਰਿਹਾ। ਟੋਟਲ ਸਾਡੇ ਜਿਹੜੇ ਪੰਜਾਬ ਦੇ ਵਿੱਚ ਆ ਉਹ 4 ਪੰਜਾਬ ਵਿੱਚ ਇਲੈਕਸ਼ਨ ਲੜ ਰਹੇ ਆ, ਜਿਹੜੇ ਕਿ ਫਿਰੋਜ਼ਪੁਰ ਸੀਟ ਤੋਂ ਇੱਕ ਲੇਡੀਜ਼ ਆ ਡੈਮੋਕ ਭਾਰਤੀ ਸਮਾਜ ਪਾਰਟੀ ਦੀ, ਅਨੰਦਪੁਰ ਸੀਟ ਸਾਹਿਬ ਤੋਂ ਵੀ ਸਾਡੇ ਇਲੈਕਸ਼ਨ ਲੜ ਰਹੇ ਆ ਉਹ ਐਡਵੋਕੇਟ ਆ, ਔਰ ਜਲੰਧਰ ਲੋਕ ਸਭਾ ਤੋਂ ਵੀ ਅਸੀਂ ਇਲੈਕਸ਼ਨ ਲੜ ਰਹੇ ਹਾਂ ਅਤੇ ਇੱਕ ਇਲੈਕਸ਼ਨ ਜਿਹੜਾ ਆ ਗੁਜਰਾਤ ਤੋਂ ਸਾਡਾ ਆਪਣਾ ਐਮ ਪੀ ਲੜ ਰਿਹਾ। ਹਾਂ, ਚੋਣ ਮੈਨੀਫੈਸਟੋ ਜਿਹੜਾ ਪਾਰਟੀ ਦਾ ਆ, ਜਿਹੜੇ ਗਰੀਬ ਮਜ਼ਦੂਰ ਆ ਉਹਨਾਂ ਦੀ ਜਿਹੜੀ ਦੱਬੇ ਕੁਚਲੇ ਲੋਕਾਂ ਦੀ ਪਹਿਲਾਂ ਤੋਂ ਹੀ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਜਿਹੜੀ ਮਦਦ ਕਰਦੀ ਆ ਰਹੀ ਹੈ। ਸਭ ਤੋਂ ਪਹਿਲਾਂ ਰੁਜ਼ਗਾਰ, ਜਿਹੜਾ ਰੁਜ਼ਗਾਰ ਆ ਜਿਹੜੇ ਰੋਜ਼ੀ ਰੋਟੀ ਤੋਂ ਬਿਨਾਂ ਬੇਰੁਜ਼ਗਾਰ ਜਿਹੜੇ ਲੋਕ ਤੁਰ ਫਿਰਦੇ ਆ, ਇਹ ਜਿਹੜਾ ਮੁੱਦਾ ਬਹੁਤ ਪਹਿਲਾਂ ਅਸੀਂ ਪਾਰਲੀਮੈਂਟ ਵਿੱਚ ਇਸ ਨੂੰ ਲੈ ਕੇ ਜਾਵਾਂਗੇ। ਔਰ ਦੂਸਰਾ ਜਿਹੜਾ ਮੁੱਦਾ ਸਾਡਾ ਹੈਗਾ ਆ, ਜਿਹੜਾ ਆਵਾਜ਼ ਆ ਉਹ ਨਰੇਗਾ ਵਰਕਰਾਂ ਦੀ ਆ, ਨਰੇਗਾ ਨੂੰ ਜਿਹੜਾ ਕਿ 100 ਦਿਨ ਦਾ ਜਿਹੜਾ ਰੁਜ਼ਗਾਰ ਆ ਉਹਨੂੰ 200 ਦਿਨ ਦਾ ਜੇ ਉੱਥੇ ਆਵਾਜ਼ ਉਠਾਈ ਜਾਊਗੀ, ਔਰ ਐਮੋਨੀਅਮ ਜੇ ਉਹਨਾਂ ਦਾ ਜਿਹੜੀ ਜੋ ਤਨਖਾਹ ਆ ਜੋ ਉਹਨਾਂ ਨੂੰ ਦਿਹਾੜੀ ਮਿਲਦੀ ਆ ਤਕਰੀਬਨ ਉਹਨਾਂ ਦੀ ਜਿਹੜੀ ਦਿਹਾੜੀ ਆ ਉਹ ਮਤਲਬ ਜੇ ਇੱਕ ਨਰੇਗਾ 'ਚ ਕੰਮ ਕਰ ਰਿਹਾ ਤਾਂ ਉਹਨਾਂ ਦੇ 5 ਬੱਚੇ ਜਿਹੜੇ ਰੋਟੀ ਖਾ ਰਹੇ ਆ, ਇਸ ਕਰਕੇ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਅਸੀਂ ਆਵਾਜ਼ ਉਠਾ ਕੇ ਉਹਨਾਂ ਦੀ ਜਿਹੜੀ ਤਨਖਾਹ ਆ ਉਹ ਵਧੀਆ ਤਰੀਕੇ ਨਾਲ ਉਹਦੀ ਆਵਾਜ਼ ਪਹਿਲ ਦੇ ਆਧਾਰ 'ਤੇ ਕਰਾਂਗੇ। ਔਰ ਤੀਸਰਾ ਸਾਡਾ ਮੁੱਦਾ ਹੈਗਾ ਆ ਜਿਹੜੇ ਸਫਾਈ ਸੇਵਕ ਔਰ ਸਫਾਈ ਮਜ਼ਦੂਰ ਜਿਹੜੇ ਸ਼ਹਿਰਾਂ 'ਚ ਨਗਰ ਨਿਗਮ, ਨਗਰ ਪੰਚਾਇਤ ਔਰ ਨਗਰ ਕੌਂਸਲਾਂ ਦੇ ਵਿੱਚ ਜਿਹੜੇ ਕੰਮ ਕਰ ਰਹੇ ਆ ਜਾਂ ਪਿੰਡਾਂ ਦੇ ਵਿੱਚ ਜੋ ਸਫਾਈ ਸੇਵਕ ਕੰਮ ਕਰ ਰਹੇ, ਇਹਨਾਂ ਦੀ ਜਿਹੜਾ ਠੇਕੇਦਾਰੀ ਸਿਸਟਮ ਜਿਹੜਾ ਆ ਉਸ ਨੂੰ ਖਤਮ ਕਰਾਂਗੇ ਔਰ ਜਿਹੜੀ ਇਹਨਾਂ ਨੂੰ
ਰੈਗੂਲਰ ਪੱਕਾ ਕੀਤਾ ਜਾਊਗਾ। ਇਹ ਅਸੀਂ ਆਵਾਜ਼ ਪਾਰਲੀਮੈਂਟ ਵਿੱਚ ਉਠਾਵਾਂਗੇ ਕਿ ਜਿਹੜੇ ਸਾਡੇ ਪੰਜਾਬ ਦੇ ਮੁੱਦੇ ਆ ਜਾਂ ਦੇਸ਼ ਦੇ ਮੁੱਦੇ ਆ ਜਿਹੜੇ ਕਿ ਪਹਿਲ ਦੇ ਆਧਾਰ 'ਤੇ ਇਹਨਾਂ ਨੂੰ ਮਤਲਬ ਪੱਕਾ ਕੀਤਾ ਜਾਵੇ। ਦੂਸਰੀ ਚੌਥਾ ਸਾਡਾ ਜਿਹੜਾ ਆ ਅਸੀਂ ਜਿਹੜਾ ਲੈ ਕੇ ਜਾ ਰਹੇ ਹਾਂ ਮੈਨੀਫੈਸਟ ਵਿੱਚ, ਜੋ ਸਾਡੀ ਪਾਰਟੀ ਦਾ ਮੈਨੀਫੈਸਟ ਆ ਉਹਦੇ ਵਿੱਚ ਲਿਖਿਆ ਆ, ਉਹ ਅਸੀਂ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਦਾ ਜੇ ਕੋਈ ਪਾਰਲੀਮੈਂਟ ਵਿੱਚ ਸਾਡਾ ਐਮ ਪੀ ਜਾਂਦਾ ਆ ਉਹ ਸਿੱਖਿਅਕ ਸਿੱਖਿਆ ਮੈਡੀਕਲ ਜਿਹੜੇ ਬੇਰੁਜ਼ਗਾਰ ਜਿਹੜੇ ਤੁਰੇ ਫਿਰਦੇ ਆ ਉਹ ਤਾਂ ਵੱਖਰੀ ਗੱਲ ਆ, ਜੇ ਕੋਈ ਜਿਹੜੇ ਹੈਗੇ ਆ ਸਿੱਖਿਆ ਦੇ ਨਾਂ 'ਤੇ ਸਾਡੇ ਐਜੂਕੇਸ਼ਨ ਦੀ ਘਾਟ ਆ, ਅਸੀਂ ਉਹਨਾਂ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪੜ੍ਹਾਉਣ ਲਈ ਉਹ ਆਵਾਜ਼ ਉਠਾਵਾਂਗੇ ਕਿ ਉਹ ਬੱਚੇ ਪੜ੍ਹਾਏ ਜਾਣ। ਔਰ ਜਿਹੜੀ ਮੈਡੀਕਲ ਦੀ ਗੱਲ ਆ ਕਿ ਪੰਜਾਬ ਦੇ ਵਿੱਚ ਮੈਡੀਕਲ ਦਾ ਬਹੁਤ ਬੁਰਾ ਹਾਲ ਆ, ਜਿਹੜੇ ਗਰੀਬ ਲੋਕ ਆ ਉਹ ਆਪਣਾ ਇਲਾਜ ਕਰਵਾਉਣ ਲਈ ਬੜੇ ਔਖੇ ਆ, ਜੋ ਕਿ ਹੁਣ ਪੰਜਾਬ ਸਰਕਾਰ ਨੇ ਆਯੁਸ਼ਮਾਨ ਭਾਵ ਕਾਰਟ ਨੂੰ ਸ਼ੁਰੂ ਕੀਤਾ ਸੀਗਾ, ਲੇਕਿਨ ਉਹ ਆਯੁਸ਼ਮਾਨ ਜਿਹੜਾ ਕਾਰਟ ਆ ਉਹ ਵੱਡੇ ਹੋਸਪਿਟਲਾਂ ਵਿੱਚ ਨਹੀਂ ਚੱਲਦਾ। ਜੇਕਰ ਉਹ ਹੋਸਪਿਟਲ ਸਰਕਾਰੀ ਵਿੱਚ ਚੱਲਦਾ ਵੀ ਆ ਤਾਂ ਉੱਥੇ ਉਹ ਡਾਕਟਰ ਨਹੀਂ ਮਿਲਦੇ। ਪਿੰਡਾਂ ਦੇ ਵਿੱਚ ਜਾ ਕੇ ਇੰਨਾ ਬੁਰਾ ਹਾਲ ਆ, ਜੇ ਡਾਕਟਰ ਮੈਡੀਕਲ ਡਿਸਪੈਂਸਰੀਆਂ ਆ ਉੱਥੇ ਉਹ ਡਾਕਟਰ ਹੀ ਨਹੀਂ ਵਧੀਆ ਹੈਗੇ। ਔਰ ਇਸ ਕਰਕੇ ਅਸੀਂ ਇਸ ਮੁੱਦੇ ਨੂੰ ਵੀ ਉੱਥੇ ਲੈ ਕੇ ਜਾਵਾਂਗੇ ਪਾਰਲੀਮੈਂਟ ਵਿੱਚ। ਔਰ ਵਾਤਾਵਰਨ ਪੰਜਾਬ ਦਾ ਬਹੁਤ ਹੀ ਖਰਾਬ ਹੋਇਆ ਆ, ਵਾਤਾਵਰਨ ਨੂੰ ਸਹੀ ਕਰਨ ਲਈ ਔਰ ਇਸ ਨੂੰ ਮਤਲਬ ਇਹ ਪਾਰਲੀਮੈਂਟ ਵਿੱਚ ਮੁੱਦੇ ਜਿਹੜੇ ਲਿਜਾਣ ਵਾਲੇ ਆ। ਇਸ ਟਾਈਮ ਬਹੁਤ ਵਧੀਆ ਮੈਨੂੰ ਇਸ ਸੀਟ 'ਤੇ, ਮੈਂ ਕਾਫੀ ਸ਼ਹਿਰਾਂ ਦੇ ਵਿੱਚ ਵੀ ਘੁੰਮ ਰਿਹਾ, ਪਿੰਡਾਂ ਦੇ ਵਿੱਚ ਵੀ ਜਾ ਰਿਹਾ, ਮੈਨੂੰ ਬਹੁਤ ਵਧੀਆ ਇੱਥੋਂ ਸਮਰਥਨ ਮਿਲ ਰਿਹਾ। ਔਰ ਮੈਂ ਉਮੀਦ ਕਰਦਾ ਹਾਂ ਕਿ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਜੋ ਬੜੀ ਤੇਜ਼ੀ ਨਾਲ ਆਪਣਾ ਘਰ ਘਰ ਇਹ ਸੰਦੇਸ਼ ਪਹੁੰਚਾ ਰਹੀ ਹੈ, ਔਰ ਮੈਂ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਜਿਹੜੇ ਲਾਲਚ ਸਰਮਾਏਦਾਰ ਪਾਰਟੀਆਂ ਆ ਇਹਨਾਂ ਤੋਂ ਬਚ ਕੇ, ਇਹਨਾਂ ਨੇ ਬਹੁਤ ਬੜੇ ਬੜੇ ਝੂਠੇ ਵਾਅਦੇ ਕਰਨੇ ਆ, ਇਹਨਾਂ ਨੇ ਤੁਹਾਨੂੰ ਬਹੁਤ ਲਾਰੇ ਲਾਣੇ ਆ। ਜਿਸ ਤਰ੍ਹਾਂ ਪਹਿਲਾਂ ਵੀ ਸਰਕਾਰਾਂ 70 ਸਾਲ ਤੋਂ ਅਸੀਂ ਗੁਲਾਮ ਬਣ ਕੇ ਆਏ ਹਾਂ, ਔਰ ਬਾਬਾ ਸਾਹਿਬ ਡਾਕਟਰ ਭੀਮ ਰਾਵ ਅੰਬੇਦਕਰ ਜੀ ਦਾ ਜਿਹੜਾ ਸੁਪਨਾ ਆ ਉਹਨੂੰ ਆਪਾਂ ਉਹਦੇ ਸੁਪਨੇ 'ਤੇ ਆਪਾਂ ਪਹਿਰਾ ਦੇਣਾ ਹੈ, ਔਰ ਬਾਬਾ ਸਾਹਿਬ ਦਾ ਜਿਹੜਾ ਸੰਵਿਧਾਨ ਆ ਉਹ ਸੰਵਿਧਾਨ ਨੂੰ ਆਪਾਂ ਬਚਾਉਣ ਲਈ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਪਾਰਲੀਮੈਂਟ ਵਿੱਚ ਜਾਊਗੀ। ਜੇ ਤੁਹਾਡਾ ਆਸ਼ੀਰਵਾਦ ਇਸ ਲੋਕਾਂ ਦਾ ਮੈਨੂੰ ਮਿਲਿਆ ਤਾਂ ਪਾਰਲੀਮੈਂਟ ਵਿੱਚ ਪਹਿਲ ਦੇ ਆਧਾਰ 'ਤੇ ਤੁਹਾਡੇ ਪੰਜਾਬ ਦੇ ਜਿਹੜੇ ਕੰਮ ਆ ਉਹ ਕੀਤੇ ਜਾਣਗੇ। ਜੀ ਸਰ, ਮੇਰੀ ਇੱਥੇ ਸਾਰੇ ਮੇਰੇ ਵਰਕਰ ਸਾਹਿਬਾਨ ਜਿਹੜੇ ਆ ਇੱਥੇ ਪੰਜਾਬ ਦੇ ਪ੍ਰਧਾਨ ਜੀ ਜਿਹੜੇ ਆ ਜੈਮਲਵਾਲ ਤੋਂ ਆ ਸਰਦਾਰ ਜੁਗਰਾਜ ਸਿੰਘ ਜੀ, ਮੇਰੀ ਆਪਣੀ ਟੀਮ ਆ ਇੱਥੇ, ਅਸੀਂ ਗਰੀਬ ਬੰਦੇ ਵਰਕਰ ਆ, ਅਸੀਂ ਇਹਨਾਂ ਦਾ ਦਫ਼ਤਰ ਤਾਂ ਨਹੀਂ ਲੈ ਸਕਦੇ ਪਰ ਅਸੀਂ ਇਹ ਅੱਗੇ ਮਤਲਬ ਇੱਥੇ ਇਹਨਾਂ ਦੇ ਕੋਲ ਰਹਿ ਕੇ ਅਸੀਂ ਇਹਨਾਂ ਦੀ ਜਿਹੜੀ ਇਸ ਲੋਕ ਹਲਕੇ ਦੀ ਜਿਹੜੀ ਆ ਉਹ ਸਾਰੀ ਸਮੱਸਿਆ ਸੁਣ ਕੇ ਹੱਲ ਕਰਾਂਗੇ। ਔਰ ਇਹਨਾਂ ਦੇ ਨਾਲ ਮੈਂ ਇੱਥੇ ਰਹਿ ਰਿਹਾ, ਇਹਨਾਂ ਦੇ ਕੋਲ ਘੁੰਮ ਰਿਹਾ ਹਾਂ, ਔਰ ਰਾਤ ਦਿਨ ਅਸੀਂ ਇੱਕ ਕੀਤਾ ਹੋਇਆ ਆ ਵੀ ਅਸੀਂ ਇਹਨਾਂ ਲੋਕਾਂ ਦੇ ਜਿਹੜੇ ਮਸਲੇ ਘਰ ਘਰ ਜਾ ਕੇ ਸੁਣੀਏ ਤੁਹਾਡੀ ਕੀ ਆਵਾਜ਼ ਹੈ। ਮੇਰਾ ਨਾਮ ਜੁਗਰਾਜ ਸਿੰਘ ਜੈਮਲਾਲਾ ਜੀ, ਪ੍ਰੈਜੀਡੈਂਟ ਆਫ ਪੰਜਾਬ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ। ਅਸੀਂ ਜੀ ਸ਼੍ਰੀ ਪ੍ਰੇਮ ਲਾਲ ਜੀ ਜੋ ਸ਼ੰਕਰ ਪਿੰਡ ਦੇ ਰਹਿਣ ਵਾਲੇ ਆ ਜ਼ਿਲ੍ਹਾ ਜਲੰਧਰ, ਇਹਨਾਂ ਨੂੰ ਪਾਰਟੀ ਵੱਲੋਂ ਹਲਕਾ ਲੋਕ ਸਭਾ ਫਰੀਦਕੋਟ ਤੋਂ ਟਿਕਟ ਦਿੱਤੀ ਗਈ ਹੈ। ਇਹ ਆਪਣੇ ਚੋਣ ਮੈਦਾਨ ਵਿੱਚ
ਡਟੇ ਹਨ ਅਤੇ ਘਰ ਘਰ ਜਾ ਕੇ ਆਪਣਾ ਚੋਣ ਪ੍ਰਚਾਰ ਇਹਨਾਂ ਨੇ ਸ਼ੁਰੂ ਕਰ ਦਿੱਤਾ ਜੀ। ਸਾਨੂੰ ਜੀ ਬਹੁਤ ਭਰਮਾ ਹੰਗਾਰਾ ਮਿਲ ਰਿਹਾ, ਜਿੱਥੇ ਵੀ ਅਸੀਂ ਜਾਂਦੇ ਹਾਂ ਵਿਧਾਨ ਸਭਾ ਹਲਕੇ ਦੇ ਵਿੱਚ, ਉੱਥੇ ਸਾਨੂੰ ਬਹੁਤ ਤਕੜਾ ਭਰਮਾ ਹੰਗਾਰਾ ਮਿਲ ਰਿਹਾ, ਕਿਉਂਕਿ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਆ ਕਿ ਇਹਨਾਂ ਪਾਰਟੀਆਂ ਨੇ ਕੁਝ ਵੀ ਕਿਸੇ ਦਾ ਨਹੀਂ ਕੀਤਾ। ਅਸੀਂ ਜੀ ਜਿਵੇਂ ਐਜੂਕੇਸ਼ਨ ਦਾ ਬੁਰਾ ਹਾਲ ਹੈ, ਮੈਡੀਕਲ ਦਾ ਬੁਰਾ ਹਾਲ ਹੈ, ਜੋ ਇਹਨਾਂ ਨੇ ਕਾਰਡ 5 ਲੱਖ ਦੇ ਬਣਾਏ ਹੈ ਕਿ ਗਰੀਬ ਜਨਤਾ ਦੇ ਇਹ ਇਲਾਜ ਕਰਵਾ ਸਕਦੇ ਆਪਦਾ ਮੁਫਤ, ਉਹਨਾਂ ਕਾਰਡਾਂ ਨੂੰ ਕੋਈ ਵੀ ਮੱਦੇਨਜ਼ਰ ਹਸਪਤਾਲ ਵਾਲੇ ਨਹੀਂ ਰੱਖਦੇ, ਉਹਨਾਂ ਦਾ ਬੁਰਾ ਹਾਲ ਹੈ। ਜਿੰਨੇ ਇਹਨਾਂ ਨੇ ਕਿਹਾ ਵੀ 250 ਅਸੀਂ ਜਿਹੜੀ ਦਵਾਈਆਂ ਉਹ ਅਸੀਂ ਫਰੀ ਦਿੰਦੇ ਹਾਂ, ਐਕਸਰੇ ਵਗੈਰਾ ਜੋ ਵੀ ਸਕੈਨ ਵਗੈਰਾ ਉਹ ਤੁਹਾਡੀ ਫਰੀ ਕੀਤੀ ਜਾਊਗੀ, ਪਰ ਉੱਥੇ ਕੋਈ ਵੀ ਕਿਸੇ ਗਰੀਬ ਨੂੰ ਪੁੱਛ ਨਹੀਂ ਰਿਹਾ ਸਰਕਾਰੀ ਹਸਪਤਾਲਾਂ ਦੇ ਵਿੱਚ। ਨੌਜਵਾਨਾਂ ਮੈਂ ਇਹੀ ਅਪੀਲ ਕਰਦਾ ਕਿ ਨੌਜਵਾਨ ਆਓ ਅੱਗੇ ਆਈਏ ਤਾਂ ਕਿ ਤੁਹਾਡੀ ਆਪਣੀ ਪਾਰਟੀ ਡੈਮੋਕਰੇਟ ਭਾਰਤੀ ਸਮਾਜ ਪਾਰਟੀ ਜਿਹੜੀ ਕਿ ਤੁਹਾਡੀ ਬੇਰੁਜ਼ਗਾਰੀ ਅਤੇ ਮਹਿੰਗਾਈ ਨਸ਼ੇ ਦੇ ਮੁੱਦੇ ਲੈ ਕੇ ਤੁਸੀਂ ਚੱਲੇ, ਹਰ ਪਾਰਟੀ ਕਹਿੰਦੀ ਬੇਰੁਜ਼ਗਾਰੀ ਨਸ਼ਾ ਅਤੇ ਮਹਿੰਗਾਈ ਦੀ ਸਾਡੇ ਪਹਿਲ ਦੇ ਆਧਾਰ ਦੇ ਮੁੱਦੇ ਆ। ਮੈਂ ਪੁੱਛਣਾ ਚਾਹੁੰਦਾ ਰਵਾਇਤੀ ਪਾਰਟੀਆਂ ਨੂੰ ਕਿ ਸੰਨ 1947 ਤੋਂ ਲੈ ਕੇ ਤੁਸੀਂ ਪਾਰਟੀਆਂ ਗੱਲ ਕਹਿੰਦੀਆਂ ਆਈਆਂ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਆਮ ਪਾਰਟੀ ਹੋਵੇ, ਉਹ ਜਿੰਨੇ ਵੀ ਉਹਨਾਂ ਨੇ ਲਾਰੇ ਲੱਪੇ ਲਾਏ ਆ ਉਹ ਸਭ ਝੂਠੇ ਸਾਬਤ ਹੋ ਕੇ ਰਹਿ ਗਏ ਆ, ਕਿਸੇ ਨੇ ਕਿਸੇ ਦਾ ਕੁਝ ਵੀ ਨਹੀਂ ਕੀਤਾ। ਮੇਰਾ ਨਾਮ ਗੁਰਬਖਸ਼ ਸਿੰਘ ਰਾਜਾ ਜੀ। ਮੈਂ ਧੰਨਵਾਦ ਕਰਦਾ ਜੀ ਡੈਮੋਕਰੇਟ ਭਾਰਤੀ ਸਮਾਜ ਪਾਰਟੀ ਦੇ ਪ੍ਰਧਾਨ ਸਾਹਿਬ ਦਾ ਅਤੇ ਪ੍ਰੇਮ ਦੇ ਨਾਲ ਪ੍ਰੇਮ ਸਿੰਘ ਸਰਸਰ ਦੇ ਨਾਲ ਜਿੰਨੀ ਵੀ ਸਟੀਮ ਆਈ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਅਤੇ ਜੀ ਆਇਆਂ ਨੂੰ ਆਖਦਾ ਜੀ। ਅਤੇ ਮੈਂ ਪੂਰਾ ਵਿਸ਼ਵਾਸ ਦਵਾਉਣਾ ਵੀ ਮੇਰੇ ਹਲਕਾ ਮੋਗਾ ਦੇ ਵਿੱਚੋਂ ਲੋਕ ਸਭਾ ਫਰੀਦਕੋਟ ਦੇ ਵਿੱਚੋਂ ਪੂਰੀ ਸ਼ਾਨ ਨਾਲ ਜਿੱਤਣਗੇ, ਕਿਉਂਕਿ ਇਹ ਇਮਾਨਦਾਰ ਅਤੇ ਅੱਗੇ ਗਾਂਹ ਵੱਧ ਸੋਚ ਵਾਲੇ ਬੰਦੇ ਆ ਜੀ। ਬਹੁਤ ਵਧੀਆ ਹੁੰਗਾਰਾ ਮਿਲਿਆ ਜੀ, ਇਹਨਾਂ ਦੀ ਸੋਚ ਬਹੁਤ ਵਧੀਆ ਜੀ, ਇਹਨਾਂ ਦੀ ਸੋਚ ਬੜੀ ਤਕੜੀ ਆ ਜੀ, ਗਰੀਬ ਤਬਕੇ ਵਾਸਤੇ, ਅਨਪੜ੍ਹਤਾ ਬੇਰੁਜ਼ਗਾਰੀ ਵਾਸਤੇ ਚੰਗਾ ਇਹਨਾਂ ਦਾ ਸੋਚ ਵਧੀਆ ਹੈ ਜੀ। ਮੈਨੂੰ ਉਮੀਦ ਆ ਵੀ ਜੇ ਜਿੱਤ ਕੇ ਜਾਂਦੇ ਆ ਲੋਕ ਚੰਗਾ ਸਹਿਯੋਗ ਦਿੰਦੇ ਆ ਤਾਂ ਸਭ ਤੋਂ ਪਹਿਲਾਂ ਇਹ ਗਰੀਬ ਤਬਕੇ ਬਾਰੇ ਸੋਚਣਗੇ ਜੀ, ਇੱਥੇ ਚੰਗੀਆਂ ਫੈਕਟਰੀਆਂ ਲਿਆਉਣਗੀਆਂ, ਗਰੀਬੀ ਦੂਰ ਹੋਊਗੀ। ਇੱਥੋਂ ਇੱਕ ਸਾਡੇ ਮੋਗੇ ਦੀ ਬੜੀ ਵੱਡੀ ਸਮੱਸਿਆ ਜੀ, ਇੱਕ ਕੋਟਕਪੂਰੇ ਤੋਂ ਮੋਗੇ ਨੂੰ, ਮੋਗੇ ਤੋਂ ਜਲੰਧਰ ਨੂੰ ਕੋਈ ਟ੍ਰੇਨ ਨਹੀਂ ਸਿੱਧੀ ਜਾਂਦੀ। ਅਸੀਂ ਇਹਨਾਂ ਨੂੰ ਉਮੀਦ ਬੇਨਤੀ ਕਰਾਂਗੇ ਵੀ ਸਭ ਤੋਂ ਪਹਿਲਾਂ ਗਰੀਬੀ ਦੂਰ ਕਰਨ ਦੀ ਇਹੀ ਵਜ੍ਹਾ ਇਹ ਦੂਰ ਹੋਵੇ, ਸਾਡੇ ਲਿਆਂਦੀ ਜਾਵੇ ਏਰੀਆ ਦੇ ਵਿੱਚ ਟ੍ਰੇਨ ਇਹਦੇ ਨੂੰ ਸਿੱਧੀ ਚੱਲੇ ਤਾਂ ਮੈਂ ਸਮਝਦਾ ਜੀ ਬਹੁਤ ਵੱਡੀ ਸਮੱਸਿਆ ਅਤੇ ਬੇਰੁਜ਼ਗਾਰੀ ਦੂਰ ਹੋਊਗੀ ਜੀ, ਕਿਉਂਕਿ ਟਰਾਂਸਪੋਰਟ ਦਾ ਬੁਰਾ ਹਾਲ ਆ ਜੀ, ਇੱਥੋਂ ਲੇਟ ਜਾਂਦੇ ਲੇਟ ਆਉਂਦੇ ਵਪਾਰੀ ਬੰਦੇ ਜਿੰਨੇ ਵੀ ਜਾਂਦੇ ਜਿਨ੍ਹਾਂ ਨੇ ਵਪਾਰ ਕਰਨ ਨਾਲ ਲੁਧਿਆਣੇ ਜਾਂਦੇ ਜਾਂ ਕੋਟਕਪੂਰੇ ਜਾਂਦੇ ਜਾਂ ਜਲੰਧਰ ਜਾਂਦੇ ਆ, ਉਹਨਾਂ ਵਾਸਤੇ ਕੋਈ ਵੀ ਸਾਧਨ ਹੈ ਨਹੀਂ ਗਾ ਜੀ ਜਿਹਦੇ ਨਾਲ ਵੀ ਕਿਸੇ ਦਾ ਭਲਾ ਹੋ ਸਕੇ।